ਸੋ ਜਲੰਧਰ ਜ਼ਿਲ੍ਹੇ ਦੇ ਵਿੱਚ ਕੋਵਿਡ 19 ਦੇ ਜਿਹੜੇ ਲੇਟੈਸਟ ਪੋਜੀਸ਼ਨ ਨੂੰ ਲੈ ਕੇ ਮੈਂ ਆਪਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹ ਰਿਹਾ ਸੀਗਾ ਸੋ ਪਿੱਛੇ ਅਸੀਂ ਦੇਖ ਰਹੇ ਸੀਗੇ ਵੀ ਜਲੰਧਰ ਜ਼ਿਲ੍ਹੇ ਦੇ ਵਿੱਚ ਬਾਹਰ ਦੇ ਮਰੀਜ਼ ਜਿਹੜੇ ਸਟੇਟ ਤੋਂ ਬਾਹਰ ਦੇ ਮਰੀਜ਼ ਸੀਗੇ ਦਿੱਲੀ ਤੋਂ ਹਰਿਆਣਾ ਤੋਂ ਤੇ ਯੂਪੀ ਤੋਂ ਆਲਮੋਸਟ ਸਾਡੇ ਕੋਲ 300 ਤੋਂ ਵੱਧ ਮਰੀਜ਼ ਬਾਹਰ ਦੇ ਆਗੇ ਸੀਗੇ ਤੇ ਉਹਦੇ ਕਰਕੇ ਸਾਡੇ ਹਸਪੀਟਲ ਦੇ ਉੱਤੇ ਕਾਫੀ ਰਸ਼ ਵਧ ਰਿਹਾ ਸੀਗਾ ਬਟ ਹੁਣ ਜਿਹੜੀ ਹੈਗੀ ਐ ਅਸੀਂ ਹੋਰ ਹਸਪੀਟਲਸ ਨਾਲ ਤਾਲਮੇਲ ਕਰਕੇ ਸਾਰੇ ਬੈਡ ਵਧਾ ਲਏ ਸੀਗੇ ਇਸ ਸਮੇਂ ਵੀ ਤਕਰੀਬਨ 20% ਜਿਹੜਾ ਪੇਸ਼ੈਂਟ ਹੈ ਉਹ ਸਟੇਟ ਤੋਂ ਬਾਹਰ ਦਾ ਹੈਗਾ ਫੇਰ ਵੀ ਹੁਣ ਜਿਹੜੀ ਹੈਗੀ ਹਸਪਤਾਲਾਂ ਸਾਰੇ ਹਸਪਤਾਲਾਂ ਦੇ ਵਿੱਚ ਬੈਡਸ ਨੂੰ ਲੈ ਕੇ ਕੰਫਰਟੇਬਲ ਪੋਜੀਸ਼ਨ ਬਣੀ ਹੋਈ ਹੈ ਇਸ ਸਮੇਂ ਜਿਹੜੇ 651 ਬੈਡ ਜਿਹੜੇ ਹੈਗੇ ਆਕਸੀਜਨ ਦੇ ਉਹ ਖਾਲੀ ਨੇ ਤੇ ਵੈਂਟੀਲੇਟਰ ਦੇ ਵੀ ਬੈੱਡ ਜਿਹੜੇ ਹੈਗੇ ਆਈਸੀਯੂ ਬੈੱਡ 118 ਇਹ ਖਾਲੀ ਨੇ ਸੋ ਇਸ ਸਮੇਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਬੈੱਡਸ ਨੂੰ ਲੈ ਕੇ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਤੇ ਇੱਕ ਚੰਗੀ ਗੱਲ ਜਿਹੜੀ ਮੈਂ ਪਿਛਲੇ ਲਗਭਗ 2-3 ਹਫ਼ਤਿਆਂ ਦੇ ਟ੍ਰੈਂਡ ਦੇ ਵਿੱਚ ਪਿਛਲੇ 3-4 ਦਿਨਾਂ ਦੇ ਵਿੱਚ ਦੇਖਣ ਚੇ ਮਿਲੀ ਹੈ ਵੀ ਜਿੰਨੇ ਨਵੇਂ ਮਰੀਜ਼ ਆ ਰਹੇ ਨੇ ਡਿਸਚਾਰਜ ਵੀ ਉਹਨਾਂ ਦੇ ਹੋਣ ਲੱਗੇ ਨੇ ਸੋ ਸਾਡਾ ਜਿਹੜਾ ਟੋਟਲ ਪੇਸ਼ੈਂਟ ਨੰਬਰ ਆਫ ਪੇਸ਼ੈਂਟ ਜਿਹੜੇ ਆਕਸੀਜਨ ਬੈਡ ਜਿਹਨੂੰ ਅਸੀਂ ਲੈਵਲ 2 ਕਹਿੰਦੇ ਆ ਤੇ ਲੈਵਲ 3 ਆਈਸੀਯੂ ਬੈਡ ਦੇ ਉੱਤੇ ਜਿਹੜਾ ਟੋਟਲ ਪੇਸ਼ੈਂਟ ਹੈ ਉਹ ਪਿਛਲੇ 3-4 ਦਿਨਾਂ ਦਾ ਇੱਕ ਸਥਿਰ ਬਣਿਆ ਹੋਇਆ ਸੋ ਮੈਨੂੰ ਉਮੀਦ ਹੈ ਵੀ ਅਸੀਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੇਸ਼ੈਂਟ ਲੋਡ ਪੀਕ ਲੈਵਲ ਤੇ ਪਹੁੰਚ ਗਿਆ ਹੈ ਐਂਡ ਅਸੀਂ ਸਾਡੀ ਇਹੀ ਉਮੀਦ ਹੈ ਵੀ ਅੱਗੇ ਇਹ ਪੀਕ ਤੋਂ ਬਾਅਦ ਡਿਕਲਾਈਨ ਹੋਣਾ ਚਾਹੀਦਾ ਹੈ ਸੋ ਸਾਡੀ ਇਸ ਸਮੇਂ ਬੈਡਸ ਨੂੰ ਲੈ ਕੇ ਇੱਕ ਕੰਫਰਟੇਬਲ ਸਿਚੁਏਸ਼ਨ ਬਣੀ ਹੈ ਤੇ ਮੈਂ ਇਹ ਆਸ਼ਵਾਸ਼ਣ ਦੇਣਾ ਚਾਹੁੰਦਾ ਹਾਂ ਵੀ ਜਲੰਧਰ ਨਿਵਾਸੀਆਂ ਨੂੰ ਵੀ ਕੋਈ ਘਬਰਾਣ ਦੀ ਇਸ ਬਾਬਤ ਲੋੜ ਨਹੀਂ ਹੈ ਆਕਸੀਜਨ ਦੀ ਵੀ ਸਾਡੇ ਪਿੱਛੇ ਕਾਫੀ ਜਿੱਦਾਂ ਗਵਰਨਮੈਂਟ ਆਫ ਇੰਡੀਆ ਤੋਂ ਸਪਲਾਈ ਲਾਈਨ ਆਉਂਦੀ ਹੈ ਆਕਸੀਜਨ ਦੀ ਉਹ ਵੀ ਅਸੀਂ ਕਾਫੀ ਜੰਗੀ ਪੱਧਰ ਤੇ ਆਕਸੀਜਨ ਦੇ ਉੱਤੇ ਕੰਮ ਕੀਤਾ ਤੇ ਬੁਕਾਰੋ ਤੋਂ ਵੀ ਅਸੀਂ ਸਪੈਸ਼ਲ ਸਪਲਾਈ ਲਾਈਨ ਜਲੰਧਰ ਡਿਸਟ੍ਰਿਕਟ ਦੇ ਵਿੱਚ ਇਨਸ਼ੋਰ ਕੀਤੀਆਂ ਨੇ ਸੋ ਟਰੱਕ ਸਾਡਾ ਜਿਹੜਾ ਬੁਕਾਰੋ ਤੋਂ ਆ ਰਿਹਾ ਉਹ ਬਿਲਕੁਲ ਅਨਲੋਡ ਕਰਕੇ ਉਹਨੂੰ ਫਾਸਟ ਤਰੀਕੇ ਨਾਲ ਪਹੁੰਚਾਣ ਲਈ ਅਸੀਂ ਉਹਨੂੰ 에ਅਰਕ੍ਰਾਫਟ ਤੋਂ 에ਅਰ ਲਿਫਟ ਕਰਾ ਰਹੇ ਹਾਂ ਸੋ ਜਿਹੜਾ ਵੀ ਜਲੰਧਰ ਨੂੰ ਟਰੱਕ ਬੁਕਾਰੋ ਤੋਂ ਆ ਰਿਹਾ ਉਹਨੂੰ ਅਸੀਂ ਚੰਡੀਗੜ੍ਹ 에ਅਰ ਫੋਰਸ ਭੇਜ ਕੇ 에ਅਰ ਫੋਰਸ ਦੇ ਹਵਾਈ ਜਹਾਜ਼ ਦੇ ਵਿੱਚ ਲੋਡ ਕਰਕੇ ਬੁਕਾਰੋ ਭੇਜਵਾ ਰਹੇ ਹਾਂ ਤਾਂ ਕਿ ਸਾਡਾ ਟਰਨ ਅਰਾਊਂਡ ਟਾਈਮ ਘਟੇ ਇਹ ਕਰਕੇ ਸਾਡਾ ਜਿਹੜਾ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਅਸੀਂ ਆਕਸੀਜਨ ਦੀ ਵੀ ਸਥਿਤੀ ਤੇ ਪੂਰਨ ਤੌਰ ਤੇ ਕਾਬੂ ਪਾ ਲਿਆ ਹੁਣ ਸਾਡੇ ਕੋਲ ਜਿਹੜੇ ਦੋ ਪਲਾਂਟ ਸੀਗੇ ਉਹ ਸਾਰਿਆਂ ਦੇ ਵਿੱਚ ਲਿਕਵਿਡ ਆਕਸੀਜਨ ਫੀਲਡ ਨੇ ਜਿੱਥੇ ਥੋੜਾ ਜਿਹਾ ਜਿਹੜੇ 에ਅਰ ਸੈਪਰੇਟਰ ਯੂਨਿਟ ਵੀ ਲੱਗੇ ਨੇ ਉਹ ਵੀ ਕੰਮ ਕਰ ਰਹੇ ਨੇ ਤੇ ਤੀਜਾ ਪਲਾਂਟ ਵੀ ਜਿਹੜਾ ਸਾਡਾ ਨਹੀਂ ਚੱਲ ਰਿਹਾ ਸੀ ਉੱਥੇ ਵੀ ਅਸੀਂ ਲਿਕਵਿਡ ਆਕਸੀਜਨ ਦਾ ਰਿਜ਼ਰਵ ਕ੍ਰੀਏਟ ਕਰ ਲਿਆ ਸੋ ਪੂਰੇ ਪੱਖੋਂ ਸਾਡੀ ਜਿਹੜੀ ਹੁਣ ਬੈਡਸ ਤੇ ਆਕਸੀਜਨ ਅਵੇਲੇਬਿਲਿਟੀ ਦੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਪੂਰਨ ਰੂਪ ਤੋਂ ਫੁੱਲ ਤਿਆਰੀਆਂ ਨੇ ਇੱਕ ਅਸੀਂ ਪਿੱਛੇ ਪੇਸ਼ੈਂਟਸ ਦੀ ਥੋੜੀ ਹੋਰ ਦਿੱਕਤ ਆ ਰਹੀ ਸੀਗੇ ਹੌਲੀ ਹੌਲੀ ਉਹਨਾਂ ਨੂੰ ਵੀ ਐਡਰੈਸ ਕਰ ਰਹੇ ਆ ਵੀ ਅੱਜਕੱਲ ਕੀ ਦੇਖਣ ਚ ਆਇਆ ਹੈ ਟ੍ਰੈਂਡ ਵੀ ਕੋਵਿਡ ਦੇ ਮਰੀਜ਼ ਕੋਵਿਡ ਤੋਂ ਤਾਂ ਉਹ ਰਿਕਵਰ ਕਰ ਜਾਂਦੇ ਨੇ ਤੇ ਕੋਵਿਡ ਉਹਨਾਂ ਦੀ 네ਗੇਟਿਵ ਰਿਪੋਰਟ ਆ ਜਾਂਦੀ ਹੈ ਫੇਰ ਵੀ ਉਹਨਾਂ ਦੀ ਜਿਹੜੀ ਹੈ ਆਕਸੀਜਨ ਰਿਕੁਆਇਰਮੈਂਟ ਰਹਿੰਦੀ ਹੈ ਵੀ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ 95% ਨੈਚੁਰਲ ਨਹੀਂ ਰਹਿੰਦੀ ਤੇ ਉਹਨਾਂ ਨੂੰ ਹਸਪੀਟਲਸ ਪ੍ਰੈਸਕ੍ਰਾਈਬ ਕਰ ਰਹੇ ਸੀਗੇ ਵੀ ਤੁਸੀਂ ਆਕਸੀਜਨ ਸਿਲੰਡਰਸ ਘਰੇ ਰੱਖ ਲਓ ਉੱਥੇ ਦਿੱਕਤ ਆ ਰਹੀ ਸੀਗੀ ਵੀ ਕਿਉਂਕਿ ਆਕਸੀਜਨ ਸਿਲੰਡਰਸ ਜੇਕਰ ਬਹੁਤ ਜ਼ਿਆਦਾ ਘਰ ਚਲੇ ਜਾਣਗੇ ਤਾਂ ਕਈ ਵਾਰ ਹਸਪਤਾਲਾਂ ਦੇ ਰੋਟੇਸ਼ਨ ਚੋਂ ਨਿਕਲ ਜਾਂਦੇ ਨੇ ਸੋ ਅਸਕਰਕੇ ਅਸੀਂ ਉਸ ਚੀਜ਼ ਤੇ ਥੋੜੀ ਰੋਕ ਲਗਾਈ ਸੀਗੀ ਹੁਣ ਕੱਲ ਤੋਂ ਇੱਕ ਤਾਂ ਅਸੀਂ ਸਿਸਟਮ ਇਹ ਚਲਾਇਆ ਵੀ ਸਪੈਸ਼ਲ ਸਿਵਲ ਹਸਪਤਾਲ ਦੇ ਵਿੱਚ 30 ਬੈੱਡ ਦਾ ਵਾਰਡ ਐਸਟੈਬਲਿਸ਼ ਕੀਤਾ ਹੈ ਜਿੱਥੇ ਕੋਵਿਡ ਨੈਗੇਟਿਵ ਪੇਸ਼ੈਂਟ ਜਿਹੜੇ ਕੋਵਿਡ ਤੋਂ ਰਿਕਵਰ ਕਰ ਗਏ ਨੇ ਜਿਨ੍ਹਾਂ ਦੇ ਅਬ ਨੈਗੇਟਿਵ ਰਿਪੋਰਟ ਆ ਗਈਏ ਫੇਰ ਵੀ ਆਕਸੀਜਨ ਸੈਚੂਰੇਸ਼ਨ ਨਹੀਂ ਮੇਨਟੇਨ ਕੀਤੀ ਉਹ 30 ਬெட் ਦੀ ਸਪੈਸ਼ਲ ਫੈਸਿਲਿਟੀ ਚਾਲੂ ਕੀਤੀ ਜਿੱਥੇ ਅਸੀਂ ਆਕਸੀਜਨ ਕਨਸੈਂਟਰੇਟਰ ਰੱਖ ਕੇ ਉਹਨਾਂ ਦਾ ਉੱਥੇ ਤੇ ਉੱਥੇ ਜਿੰਨੇ ਮਰਜ਼ੀ ਦੇ ਐਕਸਟਰਾ ਰੋ ਫ੍ਰੀ ਖਾਣਾ ਵੀ ਮੁਹੱਈਆ ਕਰਾਇਆ ਜਾਊਗਾ ਤੇ ਆਕਸੀਜਨ ਕਨਸੈਂਟਰੇਟਰ ਦੇ ਥਰੂ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ ਵੀ ਮੇਨਟੇਨ ਕੀਤੀ ਜਾਊਗੀ ਅੱਜ ਅਸੀਂ ਇੱਕ ਹੋਰ ਨਵਾਂ ਉਪਰਾਲਾ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਦੇ ਥਰੂ ਲਾਂਚ ਕਰਨ ਲੱਗੇ ਆ ਜਿਹਦੇ ਵਿੱਚ ਅਸੀਂ ਆਕਸੀਜਨ ਕਨਸੈਂਟਰੇਟਰ ਕਰ ਲਈ ਵੀ ਦੇਵਾਂਗੇ ਸੋ ਉਹਦੇ ਵਿੱਚ ਮੋਡਸ ਆਪਰੈਂਟੀ ਜਾਂ ਕਰਨ ਦਾ ਤਰੀਕਾ ਇਹ ਰਹੂਗਾ ਵੀ ਜਿਹੜਾ ਹਸਪੀਟਲ ਪ੍ਰੈਸਕ੍ਰਾਈਬ ਕਰਦਾ ਹੈ ਇੱਕ ਤਾਂ ਉਹਦੀ ਪ੍ਰੈਸਕ੍ਰਿਪਸ਼ਨ ਦੀ ਸਲਿੱਪ ਸਾਨੂੰ ਚਾਹੀਦੀ ਹੋਊਗੀ ਉਹ ਅਸੀਂ ਜਿਹੜਾ ਹੈਗਾ ਸੈਕਟਰੀ ਰੈੱਡ ਕਰਾਸ ਨੂੰ ਉਹਦਾ ਇੰਚਾਰਜ ਬਣਾਇਆ ਉੱਥੇ ਅਸੀਂ 30 ਆਕਸੀਜਨ ਕਨਸੈਂਟਰੇਟਰ ਦਵਾਂਗੇ ਤਾਂਕਿ ਜਿਹੜਾ ਹਸਪੀਟਲ ਦੀ ਇਹ ਜ਼ਿੰਮੇਵਾਰੀ ਹੋਏਗੀ ਵੀ ਉਹ ਆਪਣਾ ਕੋਈ ਇੱਕ ਨਰਸਿੰਗ ਸਟਾਫ ਜਿਹੜਾ ਇਹਦੇ ਵਿੱਚ ਟ੍ਰੇਨਡ ਹੋ ਘਰੇ ਜਾ ਕੇ ਪੇਸ਼ੈਂਟ ਦੇ ਉਹ ਸੈਟਅਪ ਕਰਾ ਕੇ ਚਲਾ ਕੇ ਆ ਜਾਵੇ ਪਲੱਸ ਉੱਥੇ ਜਿਹੜਾ ਹੈਗਾ ਅਸੀਂ ਇੱਕ ਨੋਮੀਨਲ ਜਾਂ ਰੈਂਟ ਰੱਖਿਆ ਤਾਂਕਿ ਕੋਈ ਇਸ ਟਾਈਪ ਦਾ ਮਿਸਯੂਜ਼ ਨਾ ਹੋਵੇ ਵੀ ਜਿਨ੍ਹਾਂ ਨੂੰ ਲੋੜ ਨਹੀਂ ਹੈ ਉਹ ਵੀ ਲੈ ਰਹੇ ਹੋਣ ਆਕਸੀਜਨ ਕਨਸੈਂਟਰੇਟਰ ਸੋ ਉਹ ਅਸੀਂ ਫੈਸਿਲਿਟੀ ਚਾਲੂ ਕਰਨ ਲੱਗੇ ਤਾਂਕਿ ਮਰੀਜਾਂ ਨੂੰ ਘਰੇ ਹੀ ਆਕਸੀਜਨ ਪਹੁੰਚਾਈ ਜਾ ਸਕੇ ਤੇ ਇਹਦੇ ਵਿੱਚ ਸਿਰਫ ਉਹਨਾਂ ਨੂੰ ਇਹ ਧਿਆਨ ਰੱਖਣਾ ਪਏਗਾ ਵੀ ਕੋਈ ਇਲੈਕਟ੍ਰਿਸਿਟੀ ਦਾ ਬੈਕਅਪ ਜ਼ਰੂਰ ਹੋਵੇ ਜੇਕਰ ਲਾਈਟ ਚਲੀ ਜਾਂਦੀ ਹੈ ਤਾਂ ਉੱਥੇ ਕੋਈ ਯੂਪੀਐਸ ਦਾ ਪ੍ਰਬੰਧ ਜਾਂ ਕੋਈ ਜਨਰੇਟਰ ਦਾ ਪ੍ਰਬੰਧ ਹੋਵੇ ਐਂਡ ਅਸੀਂ ਸੈਕਟਰੀ ਰੈੱਡ ਕਰਾਸ ਨੂੰ ਇਹ ਵੀ ਕਿਹਾ ਵੀ ਜੇਕਰ ਕੁਝ ਐਮਰਜੈਂਸੀ ਸਿਲੰਡਰ ਵੀ ਰਿਜ਼ਰਵ ਰੱਖੋ ਵੀ ਜਿਨ੍ਹਾਂ ਦੇ ਆਕਸੀਜਨ ਕਨਸੈਂਟਰੇਟਰ ਚੱਲ ਰਹੇ ਨੇ ਕੋਈ ਇਸ ਟਾਈਪ ਦਾ ਬੈਕਅਪ ਦਾ ਇਸ਼ੂ ਆਂਦਾ ਤਾਂ ਇਮੀਡੀਏਟਲੀ ਉੱਥੇ ਆਕਸੀਜਨ ਸਿਲੰਡਰ ਵੀ ਮੁਹੱਈਆ ਕਰਾਇਆ ਜਾਵੇ ਸੇ ਅਸੀਂ ਹੋਰ ਜਿਹੜੀ ਸਾਡੇ ਕੋਲ ਕੰਪਲੇਂਟਸ ਆਰੀਆਂ ਨੇ ਡਿਮਾਂਡਸ ਆਰੀਆਂ ਨੂੰ ਉਹਨੂੰ ਐਡਰੈਸ ਕਰਨ ਲਈ ਹੋਰ ਇਸ ਟਾਈਪ ਦੇ ਉਪਰਾਲੇ ਅਸੀਂ ਲਗਾਤਾਰ ਕਰ ਰਹੇ ਹਾਂ ਰੈਸਟ੍ਰਿਕਸ਼ਨਸ ਨੂੰ ਵੀ ਲੈ ਕੇ ਜਿਹੜੇ ਮੈਂ ਦੇਖ ਰਿਹਾ ਹੋਰ ਅਸੀਂ ਜਲੰਧਰ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਛੂਟ ਦਿੱਤੀਆਂ ਨੇ ਜਿਹੜੀ ਨੌਨੈਸੈਂਸ਼ੀਅਲ ਦੁਕਾਨਾਂ ਨੇ ਉਹ ਵੀ 3 ਵਜੇ ਤੱਕ ਖੁੱਲੀਆਂ ਰਹਿੰਦੀਆਂ ਨੇ ਮੈਂ ਦੇਖ ਰਿਹਾ ਸੀਗਾ ਜਿੱਦਾਂ ਲੁਧਿਆਣਾ ਸਾਰਾ ਕੁਝ 12 ਵਜੇ ਬੰਦ ਹੋ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਆਰ ਡੀ 1 ਜਾਂ ਲੈਫਟ ਰਾਈਟ ਦਾ ਸਿਸਟਮ ਹੈ ਅਸੀਂ ਨੌਨੈਸੈਂਸ਼ੀਅਲ categories ਨੂੰ ਛੂਟ ਦਿੱਤੀਆਂ ਨੇ ਤਾਂ ਕਿ ਛੋਟੇ ਦੁਕਾਨਦਾਰਾਂ ਦਾ ਹੋਰ ਅਨਰ ਨੁਕਸਾਨ ਨਾ ਹੋਵੇ ਅਸੀਂ ਪ੍ਰਾਈਵੇਟ ਆਫਿਸਸ ਵੀ ਸਾਰੇ ਦਿਨ ਅਲਾਉ ਕੀਤੇ ਆ ਜਿਹੜੇ 9 ਤੋਂ 3 ਜਿਹੜੇ ਆ 올 ਡੇਸ ਆਫ ਦਿ ਵੀਕ ਵੀਕਐਂਡ ਲਾਕਡਾਊਨ ਨੂੰ ਛੱਡ ਕੇ ਸੋ ਕੁਝ ਡਿਮਾਂਡ ਸਾਡੇ ਕੋਲ ਹੋਰ ਆ ਰਹੀਆਂ ਨੇ ਜਿੱਦਾਂ ਮੈਰੇਜ ਪਲੇਸ ਨੂੰ ਲੈ ਕੇ ਹੈ ਵੀ ਸ਼ਾਦੀ ਦੀ ਲਿਮਿਟ ਵਧਾ ਦਿੱਤੀ ਜਾਵੇ ਟੈਕਸੀ ਆਪਰੇਟਰਸ ਨੂੰ ਵੀ ਦਿੱਕਤ ਹੈ ਕਿਉਂਕਿ ਉੱਥੇ ਵੀ ਹੈ ਸੋ ਅਸੀਂ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਟੇਟ ਗਵਰਨਮੈਂਟ ਨੇ ਹਲੇ ਬਾਕੀ ਰੈਸਟ੍ਰਿਕਸ਼ਨਸ ਦੇ ਉੱਤੇ ਸਾਡੇ ਤੇ ਨਹੀਂ ਇਜਾਜ਼ਤ ਦਿੱਤੀ ਸਾਨੂੰ ਹੋਰ ਰਿਲੈਕਸੇਸ਼ਨ ਦੇਣ ਦੀ ਉਹ ਜਿੱਦਾਂ ਵੀ ਸਾਡਾ ਰابطਾ ਕਾਇਮ ਹੁੰਦਾ ਹੈ ਸਟੇਟ ਗਵਰਨਮੈਂਟ ਦੇ ਨਾਲ ਅਸੀਂ ਉਹ ਫੀਡਬੈਕ ਲੈ ਕੇ ਜਾਵਾਂਗੇ ਕਿਉਂਕਿ ਕੇਸਸ ਸਾਡੇ ਪੰਜਾਬ ਦੇ ਵਿੱਚ ਓਵਰਆਲ ਹਲੇ ਪੀਕ ਨਹੀਂ ਕੀਤੇ ਆ ਤੇ ਸ਼ਾਇਦ ਉਹ ਉਥੇ ਇਹ ਕਨਸਰਨ ਬਣਿਆ ਹੋਇਆ ਕਿਤੇ ਕੋਈ ਹੋਰ ਪਾਸੇ ਕੇਸਸ ਵਧ ਨਾ ਜਾਣ ਤੇ ਇਸ ਕਰਕੇ ਪਰ ਅਸੀਂ ਡਿਮਾਂਡ ਜਿਹੜੀ ਹੈ ਬਾਕੀ ਸੈਕਸ਼ਨਸ ਦੀ ਵੀ ਅਸੀਂ ਰੱਖ ਰਹੇ ਹਾਂ ਜੇਕਰ ਕੋਈ ਹੋਰ ਤੁਹਾਡੀ ਵੀ ਡਿਮਾਂਡ ਹੈ ਤੁਸੀਂ ਵੀ ਇੱਥੇ ਖਾਸ ਕਰ ਜਿਹੜਾ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਫੇਸਬੁੱਕ ਤੇ ਜਿੱਥੇ ਅਪਲੋਡ ਹੁੰਦਾ ਉਥੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਡਿਮਾਂਡ ਰੱਖ ਸਕਦੇ ਹੋ ਅਸੀਂ ਉਹਨੂੰ ਵੀ ਟੇਕ ਅਪ ਕਰਾਂਗੇ ਸੋ ਕੁਝ ਵੈਕਸੀਨੇਸ਼ਨਸ ਨੂੰ ਲੈ ਕੇ ਵੀ ਕਨਸਰਨ ਸੀਗੇ ਕਿਉਂਕਿ ਇਹ ਗੱਲ ਠੀਕ ਹੈ ਵੀ ਜਿਹੜੀ ਅਸੀਂ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਰਹ ਉਹ ਪੂਰੀ ਨਹੀਂ ਮਿਲ ਰਹੀ ਹੈ ਉਹ ਆਲਮੋਸਟ 1/3 ਹੀ ਮਿਲ ਰਹੀ ਹੈ ਸੋ ਇਸ ਕਰਕੇ ਉਹ ਡਿਸਟ੍ਰਿਕਟਸ ਨੂੰ ਵੀ ਤਕਰੀਬਨ 1/3 ਡਿਮਾਂਡ ਹੀ ਦੇ ਅਗੇਂਸਟ ਹੀ ਮਿਲ ਰਹੀ ਹੈ ਸੋ ਅਸੀਂ ਸਾਨੂੰ ਆਲਮੋਸਟ 15-16000 ਵੈਕਸੀਨਸ ਮਿਲਦੀਆਂ ਨੇ ਹਰ ਤੀਜੇ ਦਿਨ ਪਰ ਜਿਹੜੀ ਸਾਡੀ ਆਰਾਮ ਨਾਲ ਅਸੀਂ 10000 ਦੇ ਆਸ-ਪਾਸ ਤਾਂ ਡੇਲੀ ਲੱਗ ਜਾਂਦੀਆਂ ਨੇ ਸੋ ਇਸ ਕਰਕੇ ਉਹ ਜ਼ਰੂਰ ਦਿੱਕਤ ਆ ਰਹੀ ਹੈ ਬਟ ਇਹ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਲਗਾਤਾਰ ਟੇਕ ਅਪ ਕਰ ਰਹੇ ਹਾਂ ਵੀ ਪੰਜਾਬ ਦਾ ਕੋਟਾ ਵਧਾਇਆ ਜਾਵੇ ਸੋ ਉਸ ਦੇ ਉੱਤੇ ਪੂਰਾ ਉਪਰਾਲਾ ਲੱਗੇ ਹੋਏ ਆ ਤੇ ਇਹ ਵੀ ਅਸੀਂ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਕਿਸੇ ਦੇ ਫਰਸਟ ਡੋਸ ਲੱਗੀ ਹੈ ਤਾਂ 6 ਹਫ਼ਤੇ ਤੋਂ 2 ਮਹੀਨੇ ਵੀ ਹੋ ਜਾਂਦੇ ਸਵਾ 2 ਮਹੀਨੇ ਵੀ ਹੋ ਜਾਂਦੇ ਤਾਂ ਕੋਈ ਐਡਵਰਸ ਰਿਐਕਸ਼ਨ ਵਾਲੀ ਕੋਈ ਕਵਰਾਨ ਵਾਲੀ ਲੋੜ ਨਹੀਂ ਹੈ ਜਿੱਦਾਂ ਵੀ ਸਾਡੇ ਕੋਲੇ ਹੁਣ ਸਪਲਾਈ ਕਿਉਂਕਿ ਘਟ ਆ ਰਹੀ ਹੈ ਪਿੱਛੇ ਤੋਂ ਤੇ ਇਹ ਅਸੀਂ ਪ੍ਰਾਇਰਟਾਈਜ਼ ਕਰਾਂਗੇ ਵੀ ਜਿਨ੍ਹਾਂ ਦੀ ਦੂਜੀ ਡੋਸ ਲਗਣੀ ਹੈ ਉਹਨਾਂ ਨੂੰ ਪ੍ਰਾਇਰਟੀ ਦੇ ਆਧਾਰ ਤੇ ਕਲੀਅਰ ਕੀਤਾ ਜਾਵੇ ਤਾਂ ਕਿ ਜਿਹੜਾ ਉਹ ਬੂਸਟਰ ਡੋਸ ਹੈ ਉਹਦਾ ਜ਼ਿਆਦਾ ਪ੍ਰਭਾਵ ਪੈ ਸਕੇ ਇਸ ਤੋਂ ਇਲਾਵਾ ਜਿਹੜੀ ਹੋਰ ਸਾਨੂੰ ਹਸਪੀਟਲ ਬੈੱਡ ਅਵੇਲੇਬਿਲਿਟੀ ਹੈ ਮੈਂ ਦੱਸਿਆ ਤੁਹਾਨੂੰ ਇਹ ਸਾਡੀ ਸਾਰੀ ਸਫੀਸ਼ੀਐਂਟ ਹੈ ਤੁਸੀਂ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ 2224417 ਇਸ ਤੇ ਉੱਤੇ ਕਦੇ ਵੀ ਕਾਲ ਕਰਕੇ ਹਸਪੀਟਲ ਬੈਡ ਪੁੱਛ ਸਕਦੇ ਹੋ ਤੁਸੀਂ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਲੰਧਰ ਦੀ ਵੈਬਸਾਈਟ ਜਰੀ ਹੈਗੀ ਉਸ ਤੇ ਉੱਤੇ ਜਾ ਕੇ jalandhar.nic.in ਉਸ ਦੇ ਉੱਤੇ ਵੀ ਹਸਪੀਟਲ ਬੈਡ ਦਾ ਪੀਡੀਐਫ ਡੇਲੀ ਅਪਲੋਡ ਹੁੰਦਾ ਹੈ ਸ਼ਾਮ ਨੂੰ ਵੀ ਕਿਹਸ ਹਸਪੀਟਲ ਦੇ ਵਿੱਚ ਕਿੰਨੇ ਬੈਡ ਖਾਲੀ ਨੇ ਉੱਥੋਂ ਤੁਸੀਂ ਕਲੀਅਰ ਕਰ ਸਕਦੇ ਹੋ ਇਸ ਤੋਂ ਇਲਾਵਾ ਕਈ ਵਾਰ ਸਾਨੂੰ ਕਾਲ ਆਂਦੀ ਸੀਗੀ ਰੈਮਡੇਸਵੀਰ ਦੇ ਬਾਰੇ ਹੋਰ ਦਵਾਈਆਂ ਦੀ ਤਾਂ ਨਹੀਂ ਰੈਮਡੇਸਵੀਰ ਰੈਮਡੇਸਵੀਰ ਦੀ ਵੀ ਕਾਫੀ ਅਸੀਂ ਸ਼ਾਰਟੇਜ ਹੁਣ ਪੂਰੀ ਕਰ ਦਿੱਤੀ ਹੈ ਹਸਪਤਾਲਾਂ ਦੇ ਵਿੱਚ ਤਕਰੀਬਨ ਰੋਜ਼ 400 500 ਰੈਮਡੇਸਵੀਰ ਦੇ ਇੰਜੈਕਸ਼ਨ ਭੇਜੇ ਜਾ ਰਹੇ ਨੇ ਉਹ ਹਸਪਤਾਲਾਂ ਦਾ ਗਰੁੱਪ 1 ਬਣਿਆ ਹੋਇਆ ਸਾਰੇ ਉੱਥੇ ਵੀ ਅਸੀਂ ਪੋਸਟ ਕਰ ਦਿੰਨੇ ਵੀ ਕਿ ਇਸ ਹਸਪਤਾਲ ਨੂੰ ਸੋ ਬਾਇਲਰਜ ਰੈਮਡੇਸਵੀਰ ਦੀ ਵੀ ਪੋਜੀਸ਼ਨ ਕੰਫਰਟੇਬਲ ਹੈ ਫੇਰ ਵੀ ਕਿਸੇ ਨੂੰ ਕੋਈ ਰੈਮਡੇਸਵੀਰ ਦੀ ਸ਼ਾਰਟੇਜ ਆਂਦੀ ਹੈ ਤਾਂ 2224417 ਦੇ ਉੱਤੇ ਤੁਸੀਂ ਪੁੱਛ ਸਕਦੇ ਹੋ ਅਸੀਂ ਜਰੂਰ ਉੱਥੇ ਪਹੁੰਚਾ ਦੇਵਾਂਗੇ ਰੈਮਡੇਸਵੀਰ ਇਸ ਤੋਂ ਇਲਾਵਾ ਕਈ ਵਾਰ ਇੱਕ ਇੰਜੈਕਸ਼ਨ ਹੋਰ ਬੜਾ ਰੇਅਰ ਸਰਕਮਸਟੈਂਸਸ ਦੇ ਵਿੱਚ ਲੱਗਦਾ ਹੈ ਜਿਹਦਾ ਨਾਮ ਹੈ ਟੋਸੀਲੀਜ਼ੂਮਾਬ ਟੋਸੀਲੀਜ਼ੁਮਾਬ ਦੀ ਜਰੂਰ ਗਵਰਨਮੈਂਟ ਆਫ ਇੰਡੀਆ ਤੋਂ ਜਿਹੜੀ ਸਪਲਾਈ ਕੰਟਰੋਲਡ ਹੁੰਦੀ ਹੈ ਬੜੀ ਲਿਮਿਟਡ ਆਂਦੀ ਹੈ ਤੋਂ ਇਸ ਕਰਕੇ ਹਰ ਕੇਸ ਦੇ ਵਿੱਚ ਉਹ ਟੋਸੀਲੀਜ਼ੁਮਾਬ ਜਿਹੜੀ ਹੈ ਅਵੇਲੇਬਿਲਟੀ ਕਰਾਣਾ ਔਖਾ ਹੋ ਰਿਹਾ ਹੈ ਪਰ ਉਹਦੇ ਦੋ ਆਲਟਰਨੈਟਿਵ ਹੈ ਜੇਕਰ ਉਹ ਡਾਕਟਰਸ ਪ੍ਰੈਸਕ੍ਰਾਈਬ ਕਰਦੇ ਨੇ ਇੱਕ ਇਟੋਲੀਜ਼ੁਮਾਬ ਹੈ ਤੇ ਦੂਜਾ ਉਹਦਾ ਬੇਵਾਸੀ ਜ਼ੁਮਾਬ ਕਰਕੇ ਇੱਕ ਇੰਜੈਕਸ਼ਨ ਉਹਦਾ रिप्लेसमेंट ਚ ਦੇਂਦੇ ਨੇ ਉਹ ਅਸੀਂ ਜ਼ਰੂਰ ਇੱਧਰ ਉੱਧਰੋਂ ਅਰੇਂਜ ਕਰਕੇ ਜ਼ਰੂਰ ਜਿਹੜੀ ਸਾਨੂੰ ਕੋਈ ਡਿਸਟ੍ਰੈਸ ਕਾਲ ਆਂਦੀ ਹੈ ਤਾਂ ਅਸੀਂ ਬੇਵਾਸੀ ਜ਼ੁਮਾਬ ਹੋਰ ਸਪਲਾਈਅਰਸ ਕੋਲ ਅਵੇਲੇਬਲ ਸੀਗੀ ਬਟ ਇਹ ਕਿਉਂਕਿ ਐਸ ਪਰ ਪ੍ਰੋਟੋਕਾਲ ਡਾਕਟਰ ਹੀ ਦੇਖ ਸਕਦੇ ਨੇ ਵੀ ਇਹ ਰਿਪਲੇਸਮੈਂਟ ਜੇਕਰ ਉਹ ਪ੍ਰਸਕ੍ਰਾਈਬ ਕਰਦੇ ਨੇ ਤੋ ਉਹ ਅਸੀਂ ਜ਼ਰੂਰ ਟਰਾਈ ਕਰਦੇ ਸੋ ਇਹਦਾ ਟੋਸੀਲੀਜ਼ੀ ਜ਼ੁਮਾਬ ਦਾ ਧਨੀ ਬਟ ਬਿਵਾਸੀ ਜ਼ੁਮਾਬ ਦੀ ਇੰਜੈਕਸ਼ਨ ਜਿਹੜਾ ਰਿਪਲੇਸਮੈਂਟ ਹੈ ਉਹ ਵੀ ਅਸੀਂ 2224417 ਤੇ ਤੁਸੀਂ ਫੋਨ ਕਰ ਸਕਦੇ ਹੋ ਕਿਉਂਕਿ ਉਹਦੀ ਅਵੇਲੇਬਿਲਟੀ ਹਲੇ ਵੀ ਥੋੜੀ ਠੀਕ ਬਣੀ ਹੋਈ ਤਾਂ ਅਸੀਂ ਇਧਰ ਉਧਰ ਉਹ ਹਰ ਹਿੱਲੇ ਕੋਸ਼ਿਸ਼ ਕਰਕੇ ਜ਼ਰੂਰ ਇਨਸ਼ੋਰ ਕਰਾਵਾਂਗੇ ਵੀ ਜਲੰਧਰ ਨਿਵਾਸੀਆਂ ਨੂੰ ਇਹ ਇੰਜੈਕਸ਼ਨ ਵੀ ਮਿਲ ਜਾਵੇ ਜਿਹੜਾ ਕਿ ਅਦਰਵਾਇਜ਼ ਬੜਾ ਰੇਅਰ ਹੈ ਤੇ ਇਹ ਬਾਇਨ ਲਾਰਜ ਮੈਂ ਗੱਲਾਂ ਸਾਂਝੀਆਂ ਕਰਨਾ ਚਾਹ ਰਹੀ ਹਾਂ ਸਗੇ ਸੋ ਮੈਨੂੰ ਉਮੀਦ ਹੈ ਵੀ ਆ ਸਾਡਾ ਜਿਹੜਾ ਹੈਗਾ ਇਸ ਹਫਤੇ 10 ਦਿਨਾਂ ਦੇ ਵਿੱਚ ਟ੍ਰੈਂਡ ਪੂਰਾ ਕਲੀਅਰ ਹੋ ਜਾਣਾ ਚਾਹੀਦਾ ਐਂਡ ਸ਼ਾਇਦ ਪੇਸ਼ੈਂਟ ਪੀਕ ਕਰਕੇ ਡਿਕਲਾਈਨਿੰਗ ਮੋਡ ਦੇ ਵਿੱਚ ਆ ਜਾਣ ਤਾਂ ਮੇਰੀ ਆਹੀ ਲਾਸਟ ਅਪੀਲ ਹੈ ਵੀ ਆਪਾਂ ਨੂੰ ਰੈਸਟ੍ਰਿਕਸ਼ਨਸ ਵੀ ਕਾਫੀ ਅਸੀਂ ਰਿਲੈਕਸੇਸ਼ਨ ਵੱਧ ਤੋਂ ਵੱਧ ਜਲੰਧਰ ਡਿਸਟ੍ਰਿਕਟ ਦੇ ਵਿੱਚ ਦਿੱਤੀਆਂ ਨੇ ਸੋ ਆਪਾਂ ਜਿੰਨੀ ਵੱਧ ਤੋਂ ਵੱਧ ਪ੍ਰੀਕਾਸ਼ਨ ਦੇ ਵਿੱਚ ਇਹਨੂੰ ਕਰ ਸਕਦੇ ਹੋ ਕਰਿਏ ਤਾਂ ਕਿ ਅਸੀਂ ਸਾਨੂੰ ਐਨੇਬਲ ਕਰੂਗਾ ਵੀ ਜਿੱਦਾਂ ਜਿੱਦਾਂ ਕੇਸਸ ਘਟਣਗੇ ਅਸੀਂ ਹੋਰ ਵੱਧ ਤੋਂ ਵੱਧ ਰਿਲੈਕਸੇਸ਼ਨ ਦਵਾਂਗੇ ਐਂਡ ਇਹ ਮੈਂ ਅਰਦਾਸ ਕਰਦਾ ਰੱਬ ਅੱਗੇ ਵੀ ਅਸੀਂ ਇੱਕ 24 ਘੰਟੇ ਦੁਬਾਰਾ ਸਾਰਾ ਸਿਸਟਮ ਖੋਲੀ ਸੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ